ਦੋਸਤੋ, ਸਿੱਧੂ ਮੂਸੇਵਾਲੇ ਦੇ ਮਾਤਾ ਜੀ ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਆਪਣੇ ਇੰਸਟਾਗ੍ਰਾਮ 'ਤੇ ਰਾਤੀ ਇੱਕ ਸਟੋਰੀ ਸ਼ੇਅਰ ਕੀਤੀ ਸੀ, ਜੋ ਕਿ ਸੀ ਦੋਸਤੋ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ 2 ਮਾਰਚ 2024 ਨੂੰ ਕਿਸਾਨਾਂ ਦੇ ਹੱਕਾਂ ਦੇ ਲਈ ਚੰਡੀਗੜ੍ਹ ਮੋਹਾਲੀ ਤੋਂ ਲੈ ਕੇ ਸੰਭੂ ਬਾਰਡਰ ਤੱਕ ਮਾਰਚ ਕੱਢਣਾ ਆ, ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ। ਇਸ ਨੂੰ ਲੈ ਕੇ ਭਾਨਾ ਸਿੱਧੂ ਨੇ ਅੱਜ ਇੱਕ ਵੀਡੀਓ ਨੂੰ ਸਾਂਝਾ ਕੀਤਾ ਆ। ਸਭ ਨੂੰ ਚੰਗੀ ਤਰ੍ਹਾਂ ਪਤਾ ਕਿ ਇਸ ਟਾਈਮ ਕਿਸਾਨੀ ਮੋਰਚਾ ਚੱਲ ਰਿਹਾ ਖਨੌਰੀ ਬਾਰਡਰ ਅਤੇ ਸੰਭੂ ਬਾਰਡਰ 'ਤੇ। ਤੁਹਾਨੂੰ ਇਸ ਗੱਲ ਦਾ ਵੀ ਚੰਗੀ ਤਰ੍ਹਾਂ ਪਤਾ ਕਿ ਸਿੱਧੂ ਮੂਸੇਵਾਲਾ ਭਰਾ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ। ਪਿਛਲੇ ਜਿਹੜਾ ਅੰਦੋਲਨ ਚੱਲਿਆ ਸੀਗਾ ਉਹਦਾ ਬਹੁਤ ਵੱਡਾ ਭਰਾ ਦਾ ਯੋਗਦਾਨ ਰਿਹਾ, ਮੇਰੇ ਨਾਲ ਟਿੱਕਰੀ ਮੋਰਚੇ 'ਤੇ ਕਿਵੇਂ ਟਰਾਲੀਆਂ 'ਚ ਰਾਤਾਂ ਕੱਢਦਾ ਰਿਹਾ। ਅੱਜ ਭਰਾ ਆਪਣਾ ਇਸ ਦੁਨੀਆਂ ਦੇ ਵਿੱਚ ਨਹੀਂ ਹੈਗਾ ਵੀਰੋ, ਮੇਰੇ ਨੌਜਵਾਨ ਭਰਾਵੋ, ਤੁਸੀਂ ਸਿੱਧੂ ਮੂਸੇਵਾਲੇ ਭਰਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ। ਉਹਨਾਂ ਦੀ ਯਾਦ ਦੇ ਸੰਬੰਧ ਦੇ ਵਿੱਚ ਅਸੀਂ ਪ੍ਰੋਗਰਾਮ ਲਿਖਿਆ ਮੋਹਾਲੀ ਤੋਂ। ਮੋਹਾਲੀ ਦੇ ਨੌਜਵਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ, ਉਹ ਕਹਿੰਦੇ ਵੀ ਮੋਹਾਲੀ ਤੋਂ ਆਪਾਂ ਲਿਖਦੇ ਹਾਂ ਮੋਹਾਲੀ ਤੋਂ ਸ਼ੰਭੂ ਤਿੱਕਰ, ਸ਼ਾਂਤਮਈ ਜਿਹੜਾ ਪ੍ਰੋਗਰਾਮ ਆ, ਅਨੁਸ਼ਾਸਨ ਦੇ ਵਿੱਚ ਆਪਾਂ ਰਹਿ ਕੇ ਜਿਹੜਾ ਇਹ ਪ੍ਰੋਗਰਾਮ ਕਰਨਾ ਨੌਜਵਾਨੋ ਵੀਰੋ, 9 ਤੋਂ ਜਿਹੜਾ 10 ਵਜੇ ਮੋਹਾਲੀ ਤੋਂ ਆ ਨੌਜਵਾਨੋ, ਜਿਨ੍ਹਾਂ ਨੇ ਸ਼ਾਮਲ ਹੋਣਾ ਸੀ ਇੱਕ ਨੰਬਰ 'ਤੇ ਸਾਨੂੰ ਲਿਖਾ ਦਿਓ ਵੀ ਤੁਸੀਂ ਕਿਹੜੇ ਸਾਧਨਾਂ ਦੇ ਨਾਲ ਉਸ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਹੋ। ਨੰਬਰ 9460 ਅਤੇ 34885, ਜਿੰਨੇ ਵੀ ਕਲਾਕਾਰ ਭਰਾ ਨੇਗੇ, ਲਿਖਣ ਵਾਲੇ ਭਰਾ ਨੇ, ਗਾਉਣ ਵਾਲੇ ਭਰਾ ਨੇ, ਫਿਲਮ ਵਾਲੇ ਭਰਾ ਨੇਗੇ, ਜਿੰਨੇ ਵੀ ਤੁਸੀਂ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਹੋ, ਅੱਜ ਉਸ ਭਰਾ ਦੀ ਜਿਹੜੀ ਘਾਟ ਬੜੀ ਮਹਿਸੂਸ ਹੋ ਰਹੀ ਹੈ, ਉਸ ਘਾਟ ਨੂੰ ਪੂਰਾ ਕਰਨ ਦੇ ਲਈ, ਘਾਟ ਤਾਂ ਨਹੀਂ ਉਹ ਦੇਖੋ ਪੂਰੀ ਹੋ ਸਕਦੀ, ਪਰ ਅਸੀਂ ਉਸ ਭਰਾ ਦੀ ਯਾਦ ਰੱਖਣ ਦੇ ਲਈ ਆਪਾਂ ਇੱਕ ਉਹਨਾਂ ਦੀ ਯਾਦ 'ਤੇ ਮਾਰਚ ਕਰੀਏ। ਅਗਲਾ ਜਿਹੜਾ ਅਸੀਂ ਮਾਰਚ ਆ ਬਾਈ ਦੀਪ ਸਿੱਧੂ ਦੀ 'ਚ ਕਰਾਂਗੇ, ਅਤੇ ਜਿੱਥੇ ਵੀ ਕਿਤੇ ਗੱਲ ਪੰਜਾਬ ਦੀ ਹੈ, ਜਿੱਥੇ ਵੀ ਕਿਤੇ ਗੱਲ ਕਿਸਾਨੀ ਦੀ ਹੈ, ਤੁਹਾਡਾ ਭਰਾ ਡਟ ਕੇ ਖੜਾ। ਸੋ ਜਿਹੜੇ ਜਿਹੜੇ ਵੀਰ ਇਸ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ, ਭਾਨਾ ਸਿੱਧੂ ਨੇ ਜਿਹੜੇ ਨੰਬਰ ਦਿੱਤੇ ਨੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਅਤੇ ਆਪਣਾ ਜਾਣਕਾਰੀ ਦੇ ਸਕਦੇ ਹੋ। ਬਾਕੀ ਵੀਡੀਓ ਨੂੰ ਸ਼ੇਅਰ ਕਰਿਓ। ਧੰਨਵਾਦ।